ਹਾਂਜੀ ਸਤਿ ਸ੍ਰੀ ਅਕਾਲ ਇਹ ਵੀਡੀਓ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਦੇਖ ਰਿਹਾ ਹਾਂ ਅਸੀਂ ਪਹੁੰਚੇ ਹਾਂ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਇਹ ਬਿਲਡਿੰਗ ਜੋ ਦੇਖ ਰਿਹਾ ਹਾਂ ਇਹ ਹੈ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਜਿੱਥੇ 1947 ਦੀ ਵੰਡ ਵੇਲੇ ਦਾ ਬਹੁਤ ਸਾਰਾ ਇਤਿਹਾਸ ਮੌਜੂਦ ਹੈ ਇਹ ਪਾਰਟੀਸ਼ਨ ਮਿਊਜ਼ੀਅਮ ਦਰਬਾਰ ਸਾਹਿਬ ਦੇ ਨਜ਼ਦੀਕ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਵਾਲੇ ਚੌਂਕ ਤੋਂ ਸਾਰਾ ਗੜੀ ਸਰਾਵ ਵਾਲੇ ਰਸਤੇ ਤੋਂ ਅੰਬੇਦਕਰ ਚੌਂਕ ਵਿੱਚ ਪਹੁੰਚਦੇ ਹਾਂ ਅਤੇ ਕਾਰ ਪਾਰਕਿੰਗ ਦੇ ਬੈਕ ਸਾਈਡ ਤੇ ਮੌਜੂਦ ਹੈ ਆਓ ਹੁਣ ਇਸ ਦੇ ਅੰਦਰ ਵੱਲ ਨੂੰ ਚੱਲਦੇ ਹਾਂ ਇਹ ਇਸ ਦੀ ਐਂਟ੍ਰੈਂਸ ਹੈ ਅਤੇ ਦੂਜੀ ਸਾਈਡ ਵੀ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਕਾਰ ਪਾਰਕਿੰਗ ਦੀ ਬੈਕ ਸਾਈਡ ਹੈ ਅਤੇ ਇਹ ਸਾਰੀ ਬਿਲਡਿੰਗ ਵੀ ਆਜ਼ਾਦੀ ਤੋਂ ਪਹਿਲਾਂ ਦੀ ਹੀ ਪੁਰਾਣੀ ਬਿਲਡਿੰਗ ਹੈ ਸ ਮਿਊਜ਼ੀਅਮ ਦੀ ਟਿਕਟ ਆਮ ਤੌਰ ਤੇ 10 ਰੁਪਏ ਹੈ ਅਤੇ ਫੋਰਨਰ ਲਈ 250 ਰੁਪਏ ਹੈ ਇਸ ਦੇ ਨਾਲ ਤੁਸੀਂ ਇੱਕ ਆਡੀਓ ਡਿਵਾਈਸ ਵੀ ਲੈ ਸਕਦੇ ਹੋ ਜਿਸ ਦੀ ਟਿਕਟ 100 ਰੁਪਏ ਹੈ ਜੋ ਨਾਲ ਦੀ ਨਾਲ ਤੁਹਾਨੂੰ ਹਰ ਇੱਕ ਗੈਲਰੀ ਦੀ ਹਿਸਟਰੀ ਬਾਰੇ ਦੱਸੇਗੀ ਇਹ ਪਾਰਟੀਸ਼ਨ ਮਿਊਜ਼ੀਅਮ 2017 ਦੇ ਵਿੱਚ ਬਣਿਆ ਸੀ ਇਸ ਰਸਤੇ ਤੋਂ ਐਂਟਰ ਕਰਕੇ ਇਸ ਦੀ ਐਕਸਾਈਟ ਮੇਰੇ ਸੱਜੇ ਪਾਸੇ ਦੇਖ ਰਹੇ ਹੋ ਜਿਵੇਂ ਖਾਣ ਪੀਣ ਲਈ ਜਿਵੇਂ ਹਵੇਲੀ ਬਣੀ ਹੋਈ ਹੈ ਅਤੇ ਦੂਸਰੀ ਸਾਈਡ ਕੁਝ ਤਸਵੀਰਾਂ ਲਗਾਈਆਂ ਹੋਈਆਂ ਨੇ ਇਹ ਤਸਵੀਰਾਂ ਜੋ ਦਰਸਾਈਆਂ ਗਈਆਂ ਨੇ ਇਹ ਉਹੀ ਪੁਰਾਣੇ ਵੇਲੇ ਦੀ ਬੰਡ ਅਤੇ ਉਸ ਇਤਿਹਾਸ ਨੂੰ ਉਸ ਦਾਸਤਾਨ ਨੂੰ ਦਰਸਾਉਂਦੀਆਂ ਨੇ ਇਸ ਮਿਊਜ਼ੀਅਮ ਦੀਆਂ ਇਹ ਜੋ ਤਸਵੀਰਾਂ ਦਰਸਾਈਆਂ ਗਈਆਂ ਨੇ ਇਹ ਉਸ ਵੇਲੇ ਦੇ ਦੁਖਾਂਤ ਨੂੰ ਦਰਸਾਉਂਦੀਆਂ ਨਜ਼ਰ ਆ ਰਹੀਆਂ ਨੇ ਅਸਲ ਵਿੱਚ ਬੰਡਿਆ ਇੰਡੀਆ ਪਾਕਿਸਤਾਨ ਨਹੀਂ ਗਿਆ ਬੰਡਿਆ ਅਸਲ ਵਿੱਚ ਪੰਜਾਬ ਗਿਆ ਜਿਸ ਨਾਲ ਲੱਖਾਂ ਲੋਕ ਉਜੜ ਗਏ ਕਿੰਨਾ ਇਸ ਧਰਤੀ ਤੇ ਖੂਨ ਖਰਾਬਾ ਹੋਇਆ ਇਹ ਸਾਰੀ ਵਾਰਤ ਦੀ ਬਾਹਰ ਦੀ ਇਮਾਰਤ ਜੋ ਉਹੀ ਪ੍ਰਾਤਨ ਇਮਾਰਤ ਹੈ ਜਿਸ ਤੋਂ ਕਿਸੇ ਟਾਈਮ ਅੰਗਰੇਜ਼ ਰਾਜ ਦੀ ਹਕੂਮਤ ਵੀ ਚੱਲਦੀ ਰਹੀ ਹੈ ਜਦੋਂ ਕਦੇ ਅੰਮ੍ਰਿਤਸਰ ਆਉਂ ਤਾਂ ਇਹ ਪਾਰਟੀਸ਼ਨ ਮਿਊਜ਼ੀਅਮ ਵੀ ਜਰੂਰ ਦੇਖੋ ਅਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਓ ਆਓ ਹੁਣ ਅੱਗੇ ਆਪਾਂ ਦਿਖਾਉਣੇ ਹਾਂ ਇਸ ਮਿਊਜ਼ੀਅਮ ਦੇ ਅੰਦਰੋਂ ਇੱਥੋਂ ਅਸੀਂ ਅੰਦਰ ਐਂਟਰ ਕਰਾਂਗੇ ਤੇ ਆਹ ਟਿਕਟ ਕਾਊਂਟਰ ਹੈ ਇੱਥੋਂ ਟਿਕਟਾਂ ਲੈ ਕੇ ਉਸ ਤੋਂ ਬਾਅਦ ਅੰਦਰ ਤੁਹਾਨੂੰ ਸਾਰਾ ਕੋਸ਼ਿਸ਼ ਕਰਦਿਆਂ ਦਿਖਾਉਣ ਦੀ ਸਾਰਾ ਪਰ ਜ਼ਿਆਦਾ ਵੀਡੀਓ ਫੋਟੋ ਅਲਾਉਡ ਨਹੀਂ ਹੈ ਅੱਛਾ ਅੱਛਾ ਫਿਰ ਵੀ ਜਿੰਨਾ ਹੋ ਸਕੇ ਆ ਉਨਾ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਇਸ ਮਿਊਜ਼ੀਅਮ ਬਾਰੇ ਦੱਸਾਂਗੇ ਆਓ ਹੁਣ ਇਸ ਮਿਊਜ਼ੀਅਮ ਦੇ ਅੰਦਰ ਵੱਲ ਨੂੰ ਐਂਟਰ ਕਰਦੇ ਹਾਂ ਇਸ ਮਿਊਜ਼ੀਅਮ ਵਿੱਚ ਐਂਟਰ ਕਰਦਿਆਂ ਹੀ ਸਭ ਤੋਂ ਪਹਿਲਾਂ ਸਾਨੂੰ ਅੰਮ੍ਰਿਤਸਰ ਗੈਲਰੀ ਦੇਖਣ ਨੂੰ ਮਿਲੇਗੀ ਉਸ ਵਿੱਚ ਇੱਕ ਹਰਮੰਦਰ ਸਾਹਿਬ ਦੀ ਉਸ ਵੇਲੇ ਦੀ ਤਸਵੀਰ ਦਿਖਾਈ ਦੇਵੇਗੀ ਅਤੇ ਇੱਕ ਉਪਰੋਂ ਲਈ ਗਈ ਤਸਵੀਰ ਵੀ ਦਿਖਾਈ ਦੇਵੇਗੀ ਉਸ ਟਾਈਮ ਹਰਮੰਦਰ ਸਾਹਿਬ ਤੇ ਆਲਾ ਦਵਾਲਾ ਕਿਸ ਤਰ੍ਹਾਂ ਦਾ ਦਿਖਦਾ ਸੀ ਉਸ ਬਾਰੇ ਦੱਸਿਆ ਗਿਆ ਹੈ। ਅਤੇ ਉਸ ਦੇ ਨਾਲ ਹੀ ਪ੍ਰਕਰਮਾਂ ਦੇ ਵਿੱਚ ਇੱਕ ਚਰਚ ਵੀ ਨਜ਼ਰ ਆਵੇਗੀ ਕਿ ਉਸ ਟਾਈਮ ਤੇ ਈਸਾਈ ਮਤ ਦਾ ਜੋ ਪ੍ਰਭਾਵ ਸੀ ਅੰਗਰੇਜ਼ਾਂ ਕਰਕੇ ਉਹ ਵੀ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ। ਜਿਸ ਜਗ੍ਹਾ ਤੇ ਅੱਜ ਕੱਲ੍ਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਲੱਗਿਆ ਹੋਇਆ ਹੈ ਜਿਸ ਦੀ ਸ਼ਾਨ ਹੀ ਵਕਰੀ ਹੈ ਉੱਥੇ ਉਸ ਟਾਈਮ ਅੰਗਰੇਜ਼ਾਂ ਦੀ ਰਾਣੀ ਮਲਿਕਾ ਵਿਕਟੋਰੀਆ ਦਾ ਬੁੱਤ ਲੱਗਿਆ ਹੁੰਦਾ ਸੀ। ਤੇ ਉਸ ਟਾਈਮ ਦਾ ਆਲਾ ਦਵਾਲਾ ਕਿਸ ਤਰ੍ਹਾਂ ਦਾ ਸੀ ਇਹ ਸਭ ਤਸਵੀਰਾਂ ਅਤੇ ਹਿਸਟਰੀ ਦੇਖਣ ਨੂੰ ਮਿਲੇਗੀ ਇਹ ਜਿਸ ਜਗ੍ਹਾ ਤੇ ਹੁਣ ਅਸੀਂ ਖੜੇ ਹਾਂ ਇਹ ਪਾਰਟੀਸ਼ਨ ਮਿਊਜ਼ੀਅਮ ਦੀ ਬਿਲਡਿੰਗ ਉਸ ਟਾਈਮ ਅੰਗਰੇਜ਼ਾਂ ਦੀ ਹੀ ਕੋਈ ਸਰਕਾਰੀ ਜਗ੍ਹਾ ਸੀ ਜਿਵੇਂ ਇਸ ਬਿਲਡਿੰਗ ਦੇ ਬਾਹਰ ਅੰਗਰੇਜ਼ਾਂ ਦੀ ਕਾਰ ਖੜੀ ਦਿਖਾਈ ਦੇ ਰਹੀ ਹੈ ਤੇ ਇੱਕ ਤਸਵੀਰ ਵਿੱਚ ਅੰਗਰੇਜ਼ ਫੌਜ ਨਜ਼ਰ ਆ ਰਹੀ ਹੈ ਜੋ ਪਰੇਟ ਕਰਦੀ ਹੋਈ ਨਜ਼ਰਾਬੀ ਹੁਣ ਇਹ ਮਿਊਜ਼ੀਅਮ ਇਸੇ ਵੈਲਡਿੰਗ ਵਿੱਚ ਬਣਿਆ ਹੋਇਆ ਹੈ ਇਸ ਦੇ ਨਾਲ ਉਸ ਵੇਲੇ ਦੀ ਅਖਬਾਰ ਦੀਆਂ ਕੁਝ ਅਖਬਾਰਾਂ ਦੀਆਂ ਖਬਰਾਂ ਵਗੈਰਾ ਵੀ ਲੱਗੀਆਂ ਹੋਈਆਂ ਹਨ ਅਸਲ ਵਿੱਚ ਇਸ 뮤ਜ਼ੀਅਮ ਵਿੱਚ ਜੋ ਹਿਸਟਰੀ ਹੈ ਉਹ 1900 ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਸਾਈਮਨ ਗੋ ਬੈਕ ਦੇ ਨਾਰੇ ਲੱਗੇ ਸੀ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਦਾਸਤਾਨ ਇਸ 뮤ਜ਼ੀਅਮ ਵਿੱਚ ਨੇ ਉਸ ਤੋਂ ਬਾਅਦ ਜਲਿਆਂਵਾਲਾ ਬਾਗ ਦੇ ਬਾਰੇ ਦੱਸਿਆ ਗਿਆ ਹੈ ਸਨ 1919 ਦੇ ਵਿੱਚ ਜਲਿਆਂਵਾਲਾ ਬਾਗ ਜੋ ਸਾਾਕਾ ਹੋਇਆ ਸੀ ਅਤੇ ਪਹਿਲਾ ਜਲਿਆਂਵਾਲਾ ਬਾਗ ਕਿਸ ਤਰ੍ਹਾਂ ਦਾ ਦਿਖਦਾ ਸੀ ਫਿਰ ਇੱਕ ਪੁਰਾਣੀ ਜੇਲ੍ਹ ਦਿਖਾਈ ਗਈ ਹੈ ਤੇ ਇਸ ਦੇ ਨਾਲ ਦਿਖਾਇਆ ਗਿਆ ਹੈ ਕਿ ਕਿਵੇਂ ਪੰਜਾਬੀਆਂ ਨੇ ਜੇਲਾਂ ਵਿੱਚ ਜਾਣਾ ਪਿਆ ਜਦੋਂ ਵੀ ਕੋਈ ਅੰਗਰੇਜ਼ਾਂ ਨਾਲ ਵਿਦਰੋਹ ਕਰਦਾ ਸੀ ਫਿਰ ਇੱਕ ਫੋਟੋ ਜੋ ਗਾਂਧੀ ਅਤੇ ਜਿਨਾ ਦੀ ਇਕੱਠੀਆਂ ਦੀ ਹੈ ਜੋ ਉਸ ਟਾਈਮ ਬੰਬੇ ਦੀ ਫੋਟੋ ਹੈ ਕਿਵੇਂ ਇਹਨਾਂ ਕਰਕੇ ਹਿੰਦੁਸਤਾਨ ਅਤੇ ਪਾਕਿਸਤਾਨ ਵੰਡ ਹੋਈ ਇਸ ਬਾਰੇ ਅਤੇ ਹੋਰ ਕਾਫੀ ਕੁਝ ਦਿਖਾਇਆ ਗਿਆ ਹੈ ਤੇ ਫਿਰ ਇਸ ਵੰਡ ਦੇ ਨਤੀਜੇ ਕੀ ਨਿਕਲੇ ਭੁੱਖਮਰੀ ਨਾਲ ਕੀ ਹਾਲਾਤ ਬਣ ਗਏ ਕਿਵੇਂ 30 ਤੋਂ 40 ਲੱਖ ਲੋਕ ਮਾਰੇ ਗਏ ਉਸ ਟਾਈਮ ਭੁੱਖਮਰੀ ਦੇ ਨਾਲ ਕਿਵੇਂ ਕਾਲ ਪੈ ਗਿਆ ਸੀ ਫਿਰ ਕੁਝ ਨਕਸ਼ੇ ਦਰਸਾਏ ਗਏ ਨੇ ਕਿਵੇਂ ਇੰਡੀਆ ਦੇ ਟੋਟੇ ਟੁੱਟੇ ਹੋ ਗਏ ਫਿਰ ਫਸਟ ਵਰਲਡ ਵਾਰ ਦੀਆਂ ਫੋਟੋਆਂ ਦੇਖਣ ਨੂੰ ਮਿਲ ਗਈਆਂ ਜੋ 1939 ਤੋਂ 1944 ਤੱਕ ਚੱਲੀ ਸੀ ਇਸ ਵਰਲਡ ਵਾਰ ਵਿੱਚ ਵੀ ਕਿਵੇਂ ਪੰਜਾਬੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਇਹ ਸਭ ਕੁਝ ਦੇਖਦੇ ਹੋਏ ਅਸਲ ਵਿੱਚ ਇਹੀ ਅਹਿਸਾਸ ਹੁੰਦਾ ਹੈ ਕਿ ਕਿਵੇਂ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਕਿਵੇਂ ਹਰ ਵਾਰ ਕੀਮਤ ਚਕਾਉਣੀ ਪਈ ਸਭ ਤੋਂ ਵੱਧ ਫਾਂਸੀਆਂ ਵੀ ਪੰਜਾਬ ਹੀ ਚੜਿਆ ਦੇਸ਼ ਦੀ ਆਜ਼ਾਦੀ ਲਈ ਅਤੇ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਨੂੰ ਹੀ ਹੰਡਾਉਣਾ ਪਿਆ ਫਿਰ ਉਸ ਟਾਈਮ ਦੇ ਹਾਲਾਤ ਦਰਸਾਏ ਗਏ ਨੇ ਕਿ ਕੱਚੇ ਘਰ ਕਿਸ ਤਰ੍ਹਾਂ ਦੇ ਹੁੰਦੇ ਸੀ ਫਿਰ ਮਾਸਟਰ ਤਾਰਾ ਸਿੰਘ ਹੁਣਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਤੇ ਕਿਵੇਂ ਇਹਨਾਂ ਨੂੰ ਆਫਰ ਮਿਲੀ ਸੀ ਪੰਜਾਬ ਸਟੇਟ ਨੂੰ ਅਲੱਗ ਰੱਖਣ ਦੀ ਪਰ ਇਹਨਾਂ ਨੇ ਭਾਰਤ ਨਾਲ ਰਹਿਣ ਦਾ ਹੀ ਫੈਸਲਾ ਕੀਤਾ ਫਿਰ ਅੱਗੇ ਦੀ ਅੱਗੇ ਦੇਖੋ ਪੰਜਾਬ ਦੇ ਹਾਲਾਤ ਜਦੋਂ ਇਹ ਸਭ طے ਹੀ ਹੋ ਗਿਆ ਸੀ ਕਿ ਵੰਡ ਹੋ ਜਾਵੇਗੀ ਹਿੰਦੁਸਤਾਨ ਅਤੇ ਪਾਕਿਸਤਾਨ ਬਣੇਗਾ ਫਿਰ ਪੰਜਾਬ ਲਈ ਹੀ ਇੱਕ ਚਿੰਤਾ ਦਾ ਵਿਸ਼ਾ ਸੀ ਕਿ ਪੰਜਾਬ ਕਿੱਧਰ ਜਾਵੇ ਫਿਰ ਵੰਡ ਅਸਲ ਵਿੱਚ ਪੰਜਾਬ ਦੀ ਹੀ ਹੋਈ ਕਿਵੇਂ ਟੋਟੇ ਟੋਟੇ ਹੋ ਗਿਆ ਅੱਧਾ ਉਧਰ ਅਤੇ ਇੱਧ ਅੱਧਾ ਇੱਧਰ ਤੇ ਇਸ ਦੇ ਨਾਲ-ਨਾਲ ਹੋਰ ਵੀ ਕਾਫੀ ਕੁਝ ਹੈ ਜੋ ਖੁੱਲਾ ਸਵਾ ਦੇਖਣ ਲਈ ਹੋਣਾ ਚਾਹੀਦਾ ਫਿਰ ਹੋਰ ਵੀ ਬਹੁਤ ਨਕਸ਼ੇ ਨੇ ਕੇ ਵੰਡ ਤੋਂ ਪਹਿਲਾਂ ਪੰਜਾਬ ਕਿੱਥੋਂ ਤੱਕ ਫੈਲਿਆ ਹੋਇਆ ਸੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਪੰਜਾਬ ਕਿੱਥੋਂ ਤੱਕ ਫੈਲਿਆ ਹੋਇਆ ਸੀ ਕਦੇ ਮੌਕਾ ਮਿਲੇ ਤਾਂ ਤੁਸੀਂ ਵੀ ਇਸ ਪਾਰਟੀਸ਼ਨ ਮਿਊਜ਼ੀਅਮ ਨੂੰ ਜ਼ਰੂਰ ਦੇਖ ਕੇ ਜਾਓ ਫਿਰ ਵੰਡ ਵੇਲੇ ਦੀਆਂ ਤਸਵੀਰਾਂ ਅਤੇ ਸਰਕਾਰੀ ਕਾਗਜ਼ ਉਹ ਸਭ ਵੀ ਇੱਥੇ ਪਏ ਨੇ ਜਿਹੜਾ ਭਾਰਤ ਪਾਕਿਸਤਾਨ ਵਿਚਾਲੇ ਬਾਰਡਰ ਹੈ ਉਸ ਨੂੰ ਰੈਡਕਲੈਫ ਲਾਈਨ ਕਹਿੰਦੇ ਆ ਕਿਉਂਕਿ ਇਹ ਲਾਈਨ ਰੈਡਕਲੈਫ ਨਾਮ ਦੇ ਇੱਕ ਵਿਅਕਤੀ ਨੇ ਮਾਰੀ ਸੀ ਅਤੇ ਉਸ ਦਾ ਕੀ ਕਹਿਣਾ ਹੈ ਕਿ ਮੈਂ ਇਸ ਕੰਮ ਨੂੰ ਬਿਹਤਰ ਤਰੀਕੇ ਨਾਲ ਨਹੀਂ ਕਰ ਸਕਿਆ ਮਤਲਬ ਕਿ ਜੇ ਮੈਨੂੰ ਵੱਧ ਸਮਾਂ ਮਿਲਦਾ ਤਾਂ ਮੈਂ ਹੋਰ ਵੀ ਬਿਹਤਰ ਤਰੀਕੇ ਨਾਲ ਇਸ ਕੰਮ ਨੂੰ ਕਰਦਾ ਉਸ ਦਾ ਮਤਲਬ ਕਿ ਇਹ ਵੰਡ ਮੇਰੇ ਕੋਲੋਂ ਪ੍ਰਾਪਰ ਸਹੀ ਨਹੀਂ ਹੋਈ ਫਿਰ ਇੱਕ ਬੂਹੜ ਦਾ ਦਰਖਤ ਦਿਖਾਇਆ ਗਿਆ ਜਿਸ ਨੂੰ ਇੱਕ ਸਮਾਲਕ ਵੱਜੋਂ ਦਿਖਾਇਆ ਗਿਆ ਕਿ ਕਿਵੇਂ ਇੱਕ ਦਰਖਤ ਦੇ ਵਿਚਾਲੇ ਤੋਂ ਦੋ ਟੋਟੇ-ਟੋਟੇ ਹੋ ਗਏ ਫਿਰ ਵੰਡ ਤੋਂ ਬਾਅਦ ਵੀ ਕੀ ਕੁਝ ਹੋਇਆ ਜਦੋਂ ਧਰਤੀ ਬੰਡੀ ਗਈ ਕਿਵੇਂ ਲਹੂ ਲਹੂ ਡੁੱਲਣਾ ਸ਼ੁਰੂ ਹੋ ਗਿਆ ਇਹ ਪੰਜਾਬ ਦੀ ਬਦਕਿਸਮਤੀ ਸੀ ਇਹ ਪੰਜਾਬ ਦੀ ਧਰਤੀ ਨੇ ਐਡਾ ਵੱਡਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਲੋਕਾਂ ਦੇ ਘਰ-ਬਾਰ ਬਰਬਾਦ ਹੋ ਗਏ ਲੁੱਟਾਂ ਖੋਹਾਂ ਦੰਗੇ ਫਸਾਦ ਸ਼ੁਰੂ ਹੋ ਗਏ ਇਹ ਸਭ ਕੁਝ ਵਾਪਰਨ ਲੱਗਾ ਤੇ ਲੋਕਾਂ ਨੂੰ ਮਾਈਗ੍ਰੇਟ ਹੋਣਾ ਪਿਆ ਫਿਰ ਉਸ ਵੇਲੇ ਦੀ ਟ੍ਰੇਨ ਦੀ ਵੀਡੀਓ ਰਾਹੀਂ ਦਿਖਾਈ ਗਈ ਹੈ ਜਿਨ੍ਹਾਂ ਨੂੰ ਬੱਡ ਟੋਕ ਦੀਆਂ ਟ੍ਰੇਨਾਂ ਵੀ ਕਿਹਾ ਗਿਆ ਹੈ ਕਿਵੇਂ ਕਈ ਟ੍ਰੇਨਾਂ ਬੱਡ ਟੋਕ ਵਾਲੀਆਂ ਉਧਰੋਂ ਇਧਰ ਆਈਆਂ ਅਤੇ ਇਧਰੋਂ ਉਧਰ ਗਈਆਂ ਕਿਵੇਂ 3 ਮਹੀਨਿਆਂ ਤੱਕ ਦੋਨਾਂ ਦੇਸ਼ਾਂ ਵਿੱਚ ਰੇਲ ਗੱਡੀਆਂ ਚੱਲੀਆਂ ਫਿਰ ਇਹ ਦਿਖਾਇਆ ਗਿਆ ਹੈ ਕਿ ਲਾਸ਼ਾਂ ਇੰਨੀਆਂ ਹੋ ਗਈਆਂ ਸਨ ਕਿ ਫੌਜ ਨੂੰ ਵੱਡੇ ਵੱਡੇ ਟੋਏ ਪੱਟ ਕੇ ਦੱਬਣੀਆਂ ਪਈਆਂ ਤੇ ਘਰ-ਵਾਰ ਲੋਕਾਂ ਦੇ ਬਰਬਾਦ ਹੋ ਗੇ ਇਹ ਸਾਰਾ ਉਸ ਟਾਈਮ ਦੀ ਬਰਬਾਦੀ ਦਾ ਸੈਕਸ਼ਨ ਦਿਖਾਇਆ ਗਿਆ ਹੈ ਕਿ ਬਰਬਾਦੀ ਸਾਡੀ ਕਿਵੇਂ ਹੋਈ ਤੇ ਫਿਰ ਅੱਗੇ ਸਾਡੇ ਗੁਰੂ ਧਾਮ ਅੱਦੇ ਉੱਧ ਰਹਿ ਗਏ ਤੇ ਅੱਦੇ ਇੱਧਰ ਫਿਰ ਇੱਕ ਕੰਦ ਵਿੱਚ ਆਰੀ ਚੱਲਦੀ ਦਿਖਾਈ ਗਈ ਹੈ ਕਿ ਇਹ ਵੰਡ ਨਹੀਂ ਸੀ ਕਿਵੇਂ ਆਰੀ ਚੱਲੀ ਸਾਡੇ ਤੇ ਤੇ ਕਿਵੇਂ ਟੋਟੇ ਟੋਟੇ ਹੋ ਗਏ ਤੇ ਫਿਰ ਉਹ ਸਾਰੇ ਹਾਲਾਤ ਦਿਖਾਏ ਗਏ ਕਿ ਕਿਵੇਂ ਉਸ ਟਾਈਮ ਲੋਕਾਂ ਨੂੰ ਕਿੰਨੇ-ਕਿੰਨੇ ਮਹੀਨੇ ਤੰਬੂ ਲਾ ਕੇ ਰਹਿਣਾ ਪਿਆ ਫਿਰ ਕਿਵੇਂ ਦੁਬਾਰਾ ਮਿਹਨਤਾਂ ਕਰਕੇ ਲੋਕਾਂ ਨੇ ਘਰ-ਵਾਰ ਦੁਬਾਰਾ ਖੜੇ ਕੀਤੇ ਫਿਰ ਜਿਹੜੇ ਲੋਕ ਉਧਰੋਂ ਮਾਈਗ੍ਰੇਟ ਹੋ ਕੇ ਆਏ ਸੀ ਲਾਲ ਕਿਲੇ ਤੇ ਕਿਵੇਂ ਇਕੱਠੇ ਹੋਣੇ ਸ਼ੁਰੂ ਹੋ ਗਏ ਬਹੁਤ ਕੁਝ ਐਸ 뮤ਜ਼ੀਅਮ ਦੇ ਵਿੱਚ ਦਰਸਾਇਆ ਗਿਆ ਹੈ ਫਿਰ ਉਹ ਸਰਕਾਰੀ ਕਾਗਜ਼ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਆਧਾਰ ਤੇ ਦੁਬਾਰਾ ਜ਼ਮੀਨਾਂ ਮਿਲੀਆਂ ਸੀ ਮੜਮ ਮਸੀਬਾ ਜਿਹੜਾ ਮੰਤਰਾਲਾ ਸੀ ਉਹਨਾਂ ਨੂੰ ਇਹ ਕਾਗਜ਼ ਦਿਖਾਏ ਗਏ ਪਾਕਿਸਤਾਨ ਤੋਂ ਲਿਆ ਕੇ ਫਿਰ ਉਹਨਾਂ ਨੂੰ ਦੁਬਾਰਾ ਜ਼ਮੀਨਾਂ ਲਾਟ ਹੋਈਆਂ ਫਿਰ ਕਿਵੇਂ ਪੰਜਾਬ ਦੀ ਸ਼ਾਨ ਮਿਲਖਾ ਸਿੰਘ ਵਰਗੇ ਉਹਨਾਂ ਬਾਰੇ ਦੱਸਿਆ ਗਿਆ ਹੈ ਕਿਵੇਂ ਉਧਰੋਂ ਇੱਧਰ ਆ ਕੇ ਇੱਕ ਫਲਾਈਂਗ ਸਿੱਖ ਬਣਿਆ ਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਫਿਰ ਐਮ ਡੀ ਐਚ ਮਸਾਲਿਆਂ ਵਾਲੇ ਜੋ ਉਧਰ ਮਹਾਸ਼ਿਆਂ ਦੀ ਹੱਟੀ ਬੱਜੋ ਜਾਣੇ ਜਾਂਦੇ ਸੀ ਇੱਧਰ ਆ ਕੇ ਕਿਵੇਂ ਐਮ ਡੀ ਐਚ ਬਣਿਆ ਜੋ ਮਸਾਲਿਆਂ ਦੇ ਰਾਜੇ ਵਰਜੋਂ ਜਾਣੇ ਜਾਂਦੇ ਆ ਇਹ ਸਿਆਲਕੋਟ ਤੋਂ ਆਏ ਸੀ ਤੇ ਹੋਰ ਵੀ ਬਹੁਤ ਦਾਸਤਾਨਾਂ ਨੇ ਜੋ ਇਸ ਮਿਊਜ਼ੀਅਮ ਦੇ ਵਿੱਚ ਮਤਲਬ ਬੰਡ ਨਾਲ ਸੰਬੰਧਿਤ ਇੱਥੇ ਬਹੁਤ ਕੁਝ ਇਸ ਮਿਊਜ਼ੀਅਮ ਦੇ ਵਿੱਚ ਮੌਜੂਦ ਹੈ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ